ਬੀਜੇਪੀ ਦੀ ਪਰਸੈਪਸ਼ਨ ਹੈ ਪੰਜਾਬ ਦੇ ਵਿੱਚ ਕਿ ਕਿਸਾਨ ਵਿਰੋਧੀ ਪਾਰਟੀ ਹੈ, ਇਹ ਚੀਜ਼ ਨੂੰ ਕਿਵੇਂ ਧੋਵੋਗੇ? ਬਹੁਤ ਮੁਸ਼ਕਿਲ ਗੱਲ ਹੈ ਕਿਉਂਕਿ ਲਗਾਤਾਰ ਕਿਸਾਨੀ ਅੰਦੋਲਨ ਤੋਂ ਲਾ ਕੇ ਹੁਣ ਫਿਰ ਕਿਸਾਨੀ ਅੰਦੋਲਨ ਚੱਲ ਰਿਹਾ, ਤਾਂ ਇਹ ਕਿਵੇਂ ਜਿਹੜਾ ਧੱਬਾ ਲੱਗਿਆ ਕਿਵੇਂ ਧੋਇਆ ਜਾਊਗਾ ਕਿ ਬੀਜੇਪੀ ਕਿਸਾਨ ਵਿਰੋਧੀ ਹੈ ਜਾਂ ਨਹੀਂ? ਜਿੱਥੇ ਹੋਰ ਗਵਰਨਮੈਂਟਸ ਨੂੰ ਲੋਕਾਂ ਨੇ ਦਿੱਤਾ ਵੋਟਾਂ ਪਾਈਆਂ ਨੇ, ਅਤੇ ਮੈਂ ਸਮਝਦਾ ਵੀ ਇੱਕ ਵਾਰ ਬੀਜੇਪੀ ਨੂੰ ਵੀ ਮੌਕਾ ਦੇਣਾ ਚਾਹੀਦਾ ਲੋਕਾਂ ਨੂੰ। ਜੇ ਨਹੀਂ ਚੰਗੀ ਲੱਗੀ ਲੋਕਾਂ ਨੂੰ ਸਰਕਾਰ ਬੀਜੇਪੀ ਦੀ, ਤਾਂ ਬਿਲਕੁਲ ਇੱਕ ਮੈਂ ਫਿਰ ਕਹਿੰਦਾ ਵੀ 12 ਸਾਲ ਦਾ ਕੁੰਭ ਦਾ ਮੇਲਾ ਤਾਂ ਨਹੀਂ, ਲੋਕਤੰਤਰਕ ਦੇਸ਼ ਆ, ਲੋਕਤੰਤਰ ਦੇ ਨਾਲ ਵੋਟਾਂ ਪੈਂਦੀਆਂ ਨੇ, ਡਿਨਾਈ ਕਰਦੇ ਹੋ। ਜੇ ਉਹ ਸਿੱਖ ਵਿਰੋਧੀ ਹੋਣ ਤਾਂ ਕੋਰੀਡੋਰ ਖੋਲ੍ਹੇ ਜੀ ਮੋਦੀ ਸਾਹਿਬ ਨੇ, ਸਭ ਤੋਂ ਵੱਡਾ ਧੱਬਾ ਸੀਗਾ ਜਿਵੇਂ ਬੰਦ ਪਿਆ ਸੀਗਾ। ਕਾਂਗਰਸ ਵੀ 10 ਸਾਲ ਲਗਾਤਾਰ ਰਹੀ ਆ ਸੱਤਾ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਸਿੱਖ ਪ੍ਰਧਾਨ ਮੰਤਰੀ ਰਹੇ ਸਰਦਾਰ ਮਨਮੋਹਨ ਸਿੰਘ ਜੀ, ਉਹ ਨੀ 84 ਦੇ ਦੰਗੇ ਵਾਲਿਆਂ ਨੂੰ ਸਜ਼ਾ ਦੇ ਸਕੇ, ਆ ਕੇ ਕਿਹਨੇ ਦਿੱਤੀ ਜੀ? ਮੋਦੀ ਨੇ। ਬਾਹਰ ਤੋਂ ਬਹੁਤ ਕਾਂਗਰਸ ਦੇ ਲੋਕਾਂ ਨੂੰ ਸ਼ਾਮਿਲ ਕਰ ਰਹੇ ਹੋ, ਐਮ ਪੀ ਰਵਨੀਤ ਪਿੱਟੂ ਕਰ ਲਏ, ਪਹਿਲਾਂ ਸੁਨੀਲ ਜਾਖੜ ਆ ਗਏ, ਤਾਂ ਕੀ ਲੱਗਦਾ ਬਾਹਰ ਤੋਂ ਲੋਕਾਂ ਨੂੰ ਕੀ ਬੀਜੇਪੀ ਕੋਲ ਜਿਹੜੇ ਲੋਕ ਵਰਕਰ ਕੰਮ ਕਰ ਰਹੇ ਸੀ, ਤਾਂ ਉਹਨਾਂ ਲੋਕਾਂ ਦੀ ਵੀ ਤਾਂ ਟਰਨ ਆਉਣੀ ਚਾਹੀਦੀ ਹੈ। ਜਿਹੜਾ ਅਟੈਕ ਸਾਡੇ 'ਤੇ ਲੱਗਿਆ ਨਾ ਬੀਜੇਪੀ 'ਤੇ ਵੀ ਇਹ ਜੀ ਕਿਸਾਨ ਵਿਰੋਧੀ ਆ, ਇਹ ਮੰਗਾਂ ਨੇ, ਇਹ ਪ੍ਰਵਾਨ ਵੀ ਹੋਣਗੀਆਂ, ਇਹ ਸਿਰੇ ਵੀ ਚੜ੍ਹਨਗੀਆਂ, ਇਹ ਸਾਰਾ ਕੁਛ ਹੀ ਹੁੰਦਾ ਰਹਿੰਦਾ ਹੈਗਾ, ਇਹ ਚੱਲਦਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਬੀਜੇਪੀ ਵੱਲੋਂ 13 ਲੋਕ ਸਭਾ ਸੀਟਾਂ 'ਤੇ ਇਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਗਿਆ, ਤਾਂ ਹੁਣ 5 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਕਿਸਮਤ ਆਜ਼ਮਾ ਰਹੇ ਨੇ, ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਜਿਹੜੇ ਨੇ ਉਹ ਮੈਦਾਨ 'ਚ ਨੇ, ਅਤੇ ਫਰੀਦਕੋਟ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਤੋਂ ਹੰਸ ਰਾਜ ਹੰਸ ਮੈਦਾਨ ਦੇ ਵਿੱਚ ਨੇ। ਅਤੇ ਇਸੇ ਤਰ੍ਹਾਂ ਦੀ ਗੱਲ ਕਰਦੇ ਹਾਂ ਕਿ ਇਕੱਲਿਆਂ ਚੋਣ ਲੜਨ ਦੀ ਰੀਤੀ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀ ਚੁਣੌਤੀ ਕਿਹਾ ਜਾ ਸਕਦਾ। ਤਾਂ ਇਸ ਵੇਲੇ ਮੇਰੇ ਨਾਲ ਗੱਲਬਾਤ ਦੇ ਲਈ ਆਰ ਪੀ ਬਲ ਮੌਜੂਦ ਨੇ, ਬੀਜੇਪੀ ਦੇ ਸਪੋਕਸਪਰਸਨ ਨੇ। ਭਾਅ ਜੀ ਬਹੁਤ ਸਵਾਗਤ ਹੈ ਜੀ। ਸਾਰੇ ਸਤਸੰਗ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਕੱਲਿਆਂ ਮੈਦਾਨ 'ਚ ਨਿਤਰ ਆਏ ਹੋ, ਉਮੀਦਵਾਰਾਂ ਦਾ ਐਲਾਨ ਵੀ ਕਰਤਾ? ਬਿਲਕੁਲ ਜੀ, ਕਰਨਾ ਹੀ ਸੀਗਾ, ਅਤੇ ਕਿਉਂਕਿ ਹੁਣ ਇਲੈਕਸ਼ਨ ਸਿਰ 'ਤੇ ਨੇ, ਅਤੇ ਹਜੇ 5 ਦੀ ਆਈ ਨੇ, ਹੋਰ ਵੀ ਥੋੜ੍ਹੇ ਦਿਨਾਂ ਦੇ ਵਿੱਚ ਬਾਕੀ ਵੀ ਕੈਂਡੀਡੇਟ ਜਿਹੜੇ ਆ ਜਾਣਗੇ ਤੁਹਾਡੇ ਸਾਹਮਣੇ। ਕੀ ਲੈ ਕੇ ਕੀ ਜਾ ਰਹੇ ਹੋ, ਲੋਕਾਂ ਨੂੰ ਡਿਲੀਵਰ ਕੀ ਕਰੋਗੇ, ਕਿਹੜੀ ਨਵੀਂ ਚੀਜ਼ ਆ? ਹੁਣ ਮੁਕਾਬਲਾ ਚਾਰ ਤਰਫਾ ਮੁਕਾਬਲਾ ਹੋਣਾ, ਕਿਉਂ ਲੋਕ ਬੀਜੇਪੀ ਨੂੰ ਚੁਣਨ? ਗੱਲ ਇਹ ਆ ਵੀ ਜਿਹੜੇ ਮੋਦੀ ਸਰਕਾਰ ਨੇ, ਗਵਰਨਮੈਂਟ ਨੇ ਕੰਮ ਕੀਤੇ ਨੇ, ਅਸੀਂ ਐਕਚੁਅਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਪਾੜਾ ਹੈ, ਜੇ ਆਪਾਂ ਨੂੰ ਪਾੜੇ ਨੂੰ ਪੂਰਨ ਦੀ ਗੱਲ ਕਰੀਏ, ਤਾਂ ਕਿਤੇ ਨਾ ਕਿਤੇ ਜਿਹੜਾ ਜੋ ਪਿਛਲੀਆਂ ਸਟੇਟ ਗਵਰਨਮੈਂਟਸ ਰਹੀਆਂ ਨੇ, ਉਹਨਾਂ ਦੇ ਕੀਤੇ ਕੰਮਾਂ ਨੂੰ ਕਿਤੇ ਨਾ ਕਿਤੇ ਜਿਹੜੇ ਸਿੱਖ ਨੇ ਉਹ ਨਾਰਾਜ਼ ਵੀ ਨੇ, ਲੇਕਿਨ ਉਸ ਨਾਰਾਜ਼ਗੀ ਦਾ ਬੀਜੇਪੀ ਵੀ ਸ਼ਿਕਾਰ ਹੋਈ ਆ। ਸੋ ਮੈਂ ਸਮਝਦਾ ਵੀ ਜਦੋਂ ਅਵੇਅਰਨੈਸ ਹੋਊਗੀ ਲੋਕਾਂ ਨੂੰ, ਜਿੱਥੇ ਹੋਰ ਗਵਰਨਮੈਂਟਸ ਨੂੰ ਲੋਕਾਂ ਨੇ ਦਿੱਤਾ ਵੋਟਾਂ ਪਾਈਆਂ ਨੇ, ਅਤੇ ਮੈਂ ਸਮਝਦਾ ਵੀ ਇੱਕ ਵਾਰ ਬੀਜੇਪੀ ਨੂੰ ਵੀ ਮੌਕਾ ਦੇਣਾ ਚਾਹੀਦਾ ਲੋਕਾਂ ਨੂੰ, ਕਿਉਂਕਿ ਸੈਂਟਰ ਦੇ ਵਿੱਚ ਜੇ ਬੀਜੇਪੀ ਸਰਕਾਰ ਆਉਂਦੀ ਆ 100% ਆਊਗੀ, ਕੰਮ ਕੀਤੇ ਨੇ। ਤੇ ਹੁਣ ਤਾਂ ਵਿਰੋਧੀ ਵੀ ਕਹਿਣ ਲੱਗ ਗਏ ਕਿ ਸੈਂਟਰ 'ਚ ਤਾਂ ਬੀਜੇਪੀ ਨਹੀਂ ਆਉਣਾ, ਵਿਰੋਧੀ ਦਬੇ ਮੂੰਹ ਸਾਡੇ ਨਾਲ ਜੇ ਹੁਣ ਡਿਬੇਟਾਂ ਗੱਲਾਂ ਕਰਦੇ ਨੇ, ਤੇ ਉਹ ਆਖਦੇ ਨੇ ਕਿ ਹਾਂ ਬੀਜੇਪੀ ਇੱਕ ਮੌਕਾ ਮੰਗ ਰਹੇ ਹੋ ਤੁਸੀਂ? ਬਿਲਕੁਲ ਸਰ, ਮੈਂ ਕਹਿੰਦਾ ਜੀ ਦੇਣਾ ਚਾਹੀਦਾ, ਜੇ ਨਹੀਂ ਚੰਗੀ ਲੱਗੀ ਲੋਕਾਂ ਨੂੰ ਸਰਕਾਰ ਬੀਜੇਪੀ ਦੀ, ਤਾਂ ਬਿਲਕੁਲ ਇੱਕ ਮੈਂ ਫਿਰ ਕਹਿੰਦਾ ਵੀ 12 ਸਾਲ ਦਾ ਕੁੰਭ ਦਾ ਮੇਲਾ ਤਾਂ ਨਹੀਂ, ਲੋਕਤੰਤਰਕ ਦੇਸ਼ ਆ, ਲੋਕਤੰਤਰ ਦੇ ਨਾਲ ਵੋਟਾਂ ਪੈਂਦੀਆਂ ਨੇ, ਡਿਨਾਈ ਕਰਦੇ ਹੋ? ਇੱਕ ਵਾਰ 10 ਸਾਲ ਸੱਤਾ 'ਚ ਰਹੇ ਹੋ ਤੁਸੀਂ,
ਫਿਰ ਕਦੋਂ ਕਿਹੜੀ ਚੀਜ਼ ਦਾ ਮੌਕਾ, ਕਿਹੜੀ ਚੀਜ਼ ਰਹੇਗੀ? ਸਟੇਟ ਗਵਰਨਮੈਂਟ ਦੀ ਗੱਲ ਕਰ ਰਿਹਾ, ਮੈਂ ਸਟੇਟ ਗਵਰਨਮੈਂਟ ਦੀ ਹੀ ਗੱਲ ਕਰ ਰਿਹਾ। ਅਕਾਲੀ ਬੀਜੇਪੀ ਸਰਕਾਰ ਸੱਤਾ ਚ ਰਹੀ ਹੈ, ਦੱਸ ਦੱਸੋ ਜੀ ਫਿਰ ਕਿਹੜੇ ਕੰਮ ਨੀ ਹੋਏ ਜੇ ਬੀਜੇਪੀ ਤੇ ਅਕਾਲੀਆਂ ਦਾ ਅਲਾਇੰਸ ਸੀਗਾ ਤੇ ਜਦੋਂ ਇਹ ਜਾਂਦੇ ਸੀ ਅਕਾਲੀ ਸੈਂਟਰ ਦੇ ਵਿੱਚ, ਅੱਜ ਜਿੰਨੇ ਤੁਸੀਂ ਫਲਾਈਓਵਰ 4 ਲਾਈਨ 6 ਲਾਈਨਸ ਬੜੇ ਬੜੇ ਪ੍ਰੋਜੈਕਟ ਦੇਖ ਰਹੇ ਹੋ, ਇਹ ਕਿਹਦੀ ਦੇਣ ਨੇ? ਗਡਕਰੀ ਸਾਹਿਬ ਤਾਂ ਕਹਿੰਦੇ ਮੈਂ ਕਿਸੇ ਨੂੰ ਨਾ ਹੀ ਨੀ ਕਰਦਾ, ਤਾਂ ਕਿਸੇ ਦੂਜੇ ਤੀਜੇ ਨੂੰ ਨਾ ਨੀ ਕਰਦੇ ਜਦੋਂ ਅਲਾਇੰਸ ਸੀਗਾ। ਅੱਜ ਇਸ ਚੀਜ਼ ਦਾ ਮਤਲਬ ਤੁਸੀਂ ਡਾਂਕੇ ਦੀ ਚੋਟ ਤੇ ਕਹਿ ਸਕਦੇ ਆ, ਸੈਂਟਰ ਤੋਂ ਪੈਸਾ ਆਉਂਦਾ। ਹੁਣ ਵੀ ਕਈ ਇੰਨਾ ਸੈਂਟਰ ਨੇ, ਗਵਰਨਮੈਂਟ ਨੇ ਪੈਸਾ ਦਿੱਤਾ, ਜਿਹੜੇ ਹੁਣ ਆਪਦੇ ਜਿਹੜੇ MLAs ਨੇ ਆਪਣੀਆਂ ਫੋਟੋਆਂ ਲਾ ਲਾ ਕੇ ਆਪਣਾ ਪੈਸਾ ਦੱਸ ਕੇ ਕਰ ਰਹੇ ਨੇ, ਅਸੀਂ ਉੱਪਰ ਦੇ ਪਰਦੇ ਫਾਸ਼ ਕਰਾਂਗੇ, ਦੱਸਾਂਗੇ ਸੈਂਟਰ ਗਵਰਨਮੈਂਟ ਦਾ ਪੈਸਾ। ਮੈਂ ਸਮਝਦਾ ਠੀਕ ਆ, ਪੰਜਾਬ ਦਾ ਹੱਕ ਬਣਦਾ ਪੈਸੇ ਤੇ, ਕੋਈ ਆਸਾਨ ਨਹੀਂ ਆ, ਲੇਕਿਨ ਘੱਟੋ ਘੱਟ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਗਵਰਨਮੈਂਟ ਦੀ, ਲੋਕਾਂ ਦਾ ਪੈਸਾ, ਲੋਕਾਂ ਦੇ ਟੈਕਸ ਦਾ ਪੈਸਾ। ਸਰ ਜੀ ਮੈਂ ਤਾਂ ਕਿਸੇ ਦਾ ਪੈਸਾ ਨਹੀਂ, ਨਾ ਸਟੇਟ ਗਵਰਨਮੈਂਟ ਦਾ, ਨਾ ਸੈਂਟਰ ਗਵਰਨਮੈਂਟ ਦਾ, ਬਲ ਸਭ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਨੂੰ ਡਿਲੀਵਰ ਕਰਿਆ ਜਾ ਰਿਹਾ। ਜਨਾਬ ਮੈਂ ਤੁਹਾਡੇ ਕੁਐਸਚਨ ਤੋਂ ਕ੍ਰੈਡਿਟ ਵਾਰ ਚ ਨਾ, ਮੈਂ ਸਰ ਜੀ ਮੈਂ ਤੁਹਾਡੀ ਦੇਖੋ ਦਾ ਟਾਈਮ ਹੈ, ਮੈਨੂੰ ਪਤਾ ਹੈ ਲੀਡਰਾਂ ਨੇ ਆਉਣਾ ਹੈ, ਕ੍ਰੈਡਿਟ ਵਾਰ ਜ਼ਰੂਰ ਹੁੰਦੀ ਹੈ, ਪਰ ਇਹ ਲੋਕਾਂ ਦੇ ਟੈਕਸ ਦਾ ਪੈਸਾ। ਭਾਈ ਸਾਹਿਬ ਮੈਂ ਤਾਂ ਤੁਹਾਡੇ ਕੁਐਸਚਨ ਤੋਂ ਪਹਿਲਾਂ ਹੀ ਆਨਸਰ ਕਰਤਾ, ਕਿਉਂਕਿ ਆਸਾਨ ਨਹੀਂ ਆ, ਲੇਕਿਨ ਆਪਾਂ ਫਿਰ ਜਦੋਂ ਅਸੀਂ ਜਿਹੜੇ ਕ੍ਰੈਡਿਟ ਵਾਰ ਦੂਸਰੇ ਜਦੋਂ ਜਿਹੜੀ ਪ੍ਰੈਜ਼ੀਡੈਂਟ ਗਵਰਨਮੈਂਟ ਆ ਉਹ ਖੜ ਖੜ ਕੇ ਸਟੇਜਾਂ ਤੇ ਜਦੋਂ ਕਹਿੰਦੀ ਹੈ ਵੀ ਸੈਂਟਰ ਸਾਨੂੰ ਪੈਸਾ ਨਹੀਂ ਦਿੰਦਾ, ਸੈਂਟਰ ਸਾਨੂੰ ਪੈਸਾ ਨਹੀਂ ਦਿੰਦਾ, ਫਿਰ ਸਾਡਾ ਉੱਥੇ ਫਰਜ਼ ਬਣਦਾ। ਦੇਖੋ ਐਜ਼ ਏ ਸਪੋਕਸਪਰਸਨ ਵੀ ਲਾ ਲਓ, ਐਜ਼ ਏ ਬੀਜੇਪੀ ਦਾ ਕਾਰਜਕਰਤਾ ਵੀ ਲਾ ਲਓ, ਫਿਰ ਸਾਡਾ ਫਰਜ਼ ਬਣਦਾ ਲੋਕਾਂ ਨੂੰ ਦੱਸਣਾ ਮਹਾਰਾਜ ਸੈਂਟਰ ਪੈਸਾ ਭੇਜਦੀ ਆ, ਘੱਟੋ ਘੱਟ ਜਿਹੜਾ ਆਇਆ ਉਹ ਵੀ ਲੋਕਾਂ ਨੂੰ ਦੱਸੋ ਨਾ, ਫਿਰ ਇਹ ਵੀ ਤਾਂ ਉਹਨਾਂ ਦੱਸਣਾ ਫਰਜ਼ ਬਣਦਾ। ਅਸੀਂ ਨਹੀਂ ਦੱਸਦੇ ਫਿਰ ਉਹ ਆਪ ਹੀ ਦੱਸ ਦੇਣ ਵੀ ਸੈਂਟਰ ਨੇ ਪੈਸਾ ਭੇਜਤਾ ਭਾਈ ਇੰਨਾ। ਅੱਛਾ ਇੱਕ ਹੋਰ ਸਵਾਲ ਹੈ, ਬੀਜੇਪੀ ਦੀ ਪਰਸੈਪਸ਼ਨ ਹੈ ਪੰਜਾਬ ਦੇ ਵਿੱਚ ਕਿ ਕਿਸਾਨ ਵਿਰੋਧੀ ਪਾਰਟੀ ਹੈ, ਇਹ ਚੀਜ਼ ਨੂੰ ਕਿਵੇਂ ਧੋਵੋਗੇ? ਬਹੁਤ ਮੁਸ਼ਕਿਲ ਗੱਲ ਹੈ ਕਿਉਂਕਿ ਲਗਾਤਾਰ ਕਿਸਾਨੀ ਅੰਦੋਲਨ ਤੋਂ ਲਾ ਕੇ ਹੁਣ ਫੇਰ ਕਿਸਾਨੀ ਅੰਦੋਲਨ ਚੱਲ ਰਿਹਾ, ਤਾਂ ਇਹ ਕਿਵੇਂ ਜਿਹੜਾ ਧੱਬਾ ਲੱਗਿਆ ਇਹ ਕਿਵੇਂ ਧੋਇਆ ਜਾਊਗਾ ਕਿ ਬੀਜੇਪੀ ਕਿਸਾਨ ਵਿਰੋਧੀ ਹੈ ਜਾਂ ਨਹੀਂ? ਗੱਲ ਇਹ ਵੀ ਵਿਰੋਧ ਤਾਂ ਕਰਨੀ ਬਣਦੀ ਉਹਨਾਂ ਦੀ, ਜਿੱਥੇ ਕਿਸਾਨ ਕਿਸਾਨ ਨੇ ਉੱਥੇ ਸਿੱਖ ਵੀ ਨੇ। ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਪੰਜਾਬ ਦੇ ਪੁੱਤਰ ਆਪਾਂ ਸਾਰੇ, ਮੋਦੀ ਸਾਹਿਬ ਦੀ ਵਿਰੋਧਤਾ ਕਰਨੀ ਬਣਦੀ ਆ, ਕਿਉਂਕਿ ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ, ਜਿਵੇਂ ਤੁਸੀਂ ਟੈਕਸ ਦਾ ਪੈਸਾ ਹੈ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਆ, ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਆਉਂਦਾ ਕਿਸਾਨਾਂ ਦੇ, ਆਲ ਹਿੰਦੁਸਤਾਨ ਦੇ ਕਿਸਾਨਾਂ ਦੇ ਆਉਂਦਾ, ਵਿਰੋਧਤਾ ਬਣਦੀ ਆ ਕਰਨੀ। ਇਸ ਕਰਕੇ ਵਿਰੋਧਤਾ ਇਸ ਕਰਕੇ ਵੀ ਬਣਦੀ ਆ ਕਿ ਸਭ ਤੋਂ ਵੱਡਾ ਜਿਹੜਾ ਅਰਦਾਸਾਂ ਦੇ ਵਿੱਚ ਅਸੀਂ ਹਰ ਟਾਈਮ ਮੰਗਦੇ ਸੀਗੇ, ਮੈਂ ਆਲ ਪੰਜਾਬ ਦੇ ਹਿੰਦੂ ਤੇ ਸਿੱਖਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਗਰਮ ਦਲੀਏ ਲੀਡਰਾਂ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਹੈਗੀ। ਇਹ ਜਿਹੜਾ 250 ਗ੍ਰਾਮ ਦਾ ਭੇਜਿਆ ਇਹ ਤੋਂ ਕੰਮ ਲਓ, ਇਹਨੂੰ ਸੋਚੋ ਕੌਣ ਸਾਡਾ ਆਪਣਾ ਤੇ ਕੌਣ ਪਰਾਇਆ, ਕਿਹੜਾ ਰੋਟੀਆਂ ਸੇਕਦਾ, ਚਾਹੇ ਉਹ ਮੈਂ ਵੀ ਆ ਚਾਹੇ ਉਹ ਬੀਜੇਪੀ ਵੀ ਆ। ਜਦੋਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਇਨਸਾਨ ਪੂਰਾ ਅਵੇਅਰ ਆ ਭਾਜੀ, ਹਰ ਇੱਕ ਵਕੀਲ ਆ, ਅੱਗੇ ਤਾਂ ਲੋਕ ਪੜ੍ਹ ਕੇ ਵਕੀਲ ਬਣਦੇ ਸੀ, ਅੱਜ ਕੱਲ ਤਾਂ ਭਾਜੀ ਤੁਰਿਆ ਤੈਨੂੰ ਹੱਥ ਲਾ ਲਓ ਉਹ ਕਹਿੰਦਾ ਮੈਂ ਤਾਂ ਵੱਡਾ ਵਕੀਲ ਆ। ਸਭ ਕੁਝ ਪਤਾ ਲੋਕਾਂ ਨੂੰ ਕੌਣ ਰੋਟੀਆਂ ਸੇਕਦਾ ਕੌਣ ਨਹੀਂ ਸੇਕਦਾ। ਅਸੀਂ ਅਰਦਾਸਾਂ ਕਰਦੇ ਸੀ ਨਾ ਵੀ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਆਪਾਂ ਕਰਦੇ ਸੀਗੇ। ਹੁਣ ਇਸ ਚੀਜ਼ ਨੂੰ ਤੁਸੀਂ ਡਿਨਾਈ ਕਰ ਦੋ, ਜੇ ਉਹ ਸਿੱਖ ਵਿਰੋਧੀ ਨੇ, ਜੇ ਉਹ ਕਿਸਾਨ ਵਿਰੋਧੀ ਜਿਵੇਂ ਪ੍ਰੈਸ ਦਿੰਦੇ ਨੇ ਜਿਹੜੇ ਲੀਡਰ ਸਾਹਿਬਾਨ ਨੇ ਬੀਜੇਪੀ ਏਦਾਂ RSS ਏਦਾਂ, ਇਹ ਭਾਜੀ ਜੇ ਉਹਨਾਂ ਦੀ ਇੱਕ ਹਿੰਦੂ ਸੰਸਥਾ ਆਪਣੇ ਕੰਮ ਕਰ ਰਹੀ ਆ ਜਿਵੇਂ ਆਪਣੇ ਸ਼੍ਰੋਮਣੀ ਕਮੇਟੀ ਕਰ ਰਹੀ ਆ ਤਾਂ ਕੀ ਗਲਤ ਹੈ? ਉਹਨਾਂ ਦੀ ਐਵੇਂ ਹਿੰਦੂ ਇੱਕ ਸੰਸਥਾ ਹੈ ਜਿਹਨੂੰ ਆਪਾਂ ਭੰਡਦੇ ਹਾਂ, ਉਹ ਸੰਸਥਾ ਆਪਣੇ ਸਮਾਜ ਲਈ ਕੰਮ ਕਰ ਰਹੀ ਆ ਤਾਂ ਇਹਦੇ ਚ ਕੀ ਗਲਤ ਹੈ? ਆਪਣੇ ਲਈ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਕੰਮ ਕਰਦੀ ਸਿੱਖਾਂ ਦੇ ਵਿੱਚ? ਕਰਦੀ ਹੈ ਨਾ। ਤੇ ਜੇ ਉਹ ਸਿੱਖ ਵਿਰੋਧੀ ਹੋਣ
ਤਾਂ ਕੋਰੀਡੋਰ ਖੋਲਿਆ ਜੀ ਮੋਦੀ ਸਾਹਿਬ ਨੇ। ਸਭ ਤੋਂ ਵੱਡਾ ਧੱਬਾ ਸੀਗਾ ਜਿਵੇਂ ਬੰਦ ਪਿਆ ਸੀਗਾ। ਦੂਸਰੀ ਆ ਜਾਓ, ਡਿਨਾਈ ਕਰ ਦਿਓ ਕਮੈਂਟ ਦੇ ਵਿੱਚ ਲਿਖ ਕੇ, ਮੈਨੂੰ ਡਿਨਾਈ ਕਰ ਦਿਓ ਵੀ ਤੂੰ ਗਲਤ ਕਹਿ ਰਿਹਾ ਭਾਈ। ਸੋਚਣ ਵਾਲੀ ਗੱਲ ਆ, 84 ਦੇ ਦੰਗਿਆਂ ਦੰਗੇ ਹੋਏ ਨੂੰ ਕਿੰਨੇ ਸਾਲ ਹੋ ਗਏ। ਕਾਂਗਰਸ ਵੀ 10 ਸਾਲ ਲਗਾਤਾਰ ਰਹੀ ਹੈ ਸੱਤਾ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਸਿੱਖ ਪ੍ਰਧਾਨ ਮੰਤਰੀ ਰਹੇ ਸਰਦਾਰ ਮਨਮੋਹਨ ਸਿੰਘ ਜੀ, ਠੀਕ ਹੈ ਜੀ। ਤੇ ਉਹ ਨੀ 84 ਦੇ ਦੰਗੇ ਵਾਲਿਆਂ ਨੂੰ ਸਜ਼ਾ ਦੇ ਸਕੇ, ਆ ਕੇ ਕਿਹਨੇ ਦਿੱਤੀ ਜੀ? ਮੋਦੀ ਨੇ, ਮੋਦੀ ਸਾਹਿਬ ਨੇ ਚੱਕ ਕੇ ਅੰਦਰ ਕੀਤੇ ਨਾ। ਤੁਸੀਂ ਡਿਨਾਈ ਕਰ ਦੋਗੇ ਇਸ ਗੱਲ ਨੂੰ? ਨਹੀਂ ਕਰ ਸਕਦੇ। ਸੋ ਇਹ ਚੀਜ਼ਾਂ ਸੋਚਣ ਦੀ ਲੋੜ ਆ ਵੀ ਕੌਣ। ਹਾਂ, ਰਹੀ MSP ਦੀ ਗੱਲ, ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ। ਇਹ ਇੱਕ ਮੰਗਾਂ ਨੇ ਭਾਜੀ ਜਿਹੜੀਆਂ ਸਰਕਾਰ ਤੇ ਦੁਨੀਆ ਦੇ ਵਿੱਚ ਜਿਹੜੀ ਵਰਕ ਵਿੱਚ ਚੱਲਦੀਆਂ ਰਹਿੰਦੀਆਂ ਨੇ। ਘੱਟੋ ਘੱਟ BJP ਦੇ ਉੱਪਰ ਕੋਈ ਇਹੋ ਜਿਹਾ ਧੱਬਾ ਤਾਂ ਨਹੀਂ ਆ ਵੀ ਜਿਹੜਾ ਜਿਹਨੂੰ ਅਸੀਂ ਕਹਿ ਦਈਏ ਵੀ ਇਹ ਪੰਜਾਬ ਵਿਰੋਧੀ ਨੇ, ਸਿੱਖ ਵਿਰੋਧੀ ਨੇ। ਫਾਰ ਐਗਜ਼ਾਮਪਲ 84 ਦੇ ਦੰਗੇ ਹੋਏ ਭਾਜੀ, ਕਿਹਨੇ ਕੀਤੇ? ਕਾਂਗਰਸ ਨੇ। ਸ੍ਰੀ ਹਰਿਮੰਦਰ ਸਾਹਿਬ ਸਾਡਾ ਮੱਕਾ ਹੈ, ਜਿਵੇਂ ਮੁਸਲਮਾਨਾਂ ਦਾ ਮੱਕਾ, ਸਾਡਾ ਹਰਿਮੰਦਰ ਸਾਹਿਬ ਸਾਡਾ ਜਿੰਦ ਜਾਨ ਆ ਸਾਡੀ, ਠੀਕ ਹੈ। ਕਿਹਨੇ ਹਮਲਾ ਕੀਤਾ? ਕਾਂਗਰਸ ਨੇ, ਦੁਨੀਆ ਜਾਣਦੀ ਆ, ਠੀਕ ਹੈ ਜੀ। ਅੱਜ ਉਹਦੇ ਪਿੱਛੇ ਹੁਣ ਕਈ ਕਮੈਂਟ ਕਰੋ, ਉਹਦੇ ਪਿੱਛੇ ਫਲਾਨਾ ਸੀ, ਉਹਦੇ ਪਿੱਛੇ ਫਲਾਨਾ ਸੀ। ਯਾਰ ਪਿੱਛੇ ਨੂੰ ਛੱਡੋ, ਕੌਣ ਸੀ ਇਹ ਤਾਂ ਸੱਚ ਝੂਠ ਪਤਾ ਨਹੀਂ, ਕੌਣ ਸੀਗਾ ਕੌਣ ਨਹੀਂ ਸੀ, ਲੇਕਿਨ ਫਰੰਟ ਤੇ ਕੌਣ ਸੀ ਇਹ ਦੇਖੋ ਨਾ। ਉਹਦੇ ਤੁਸੀਂ 3 ਵਾਰ 4 ਵਾਰ ਸਰਕਾਰ ਬਣਾਤੀ, ਜਿਨ੍ਹਾਂ ਨੇ ਸਾਡੇ ਉਹ ਕਹਿੰਦੇ ਜੀ ਸਾਡੇ ਵਾਸਤੇ ਸਾਡਾ ਹਰਿਮੰਦਰ ਸਾਹਿਬ ਤੋਂ ਉੱਪਰ ਕੁਛ ਨਹੀਂ ਆ। ਮੈਂ ਕਹਿੰਦਾ ਫਿਰ ਕਿੱਥੇ ਗਈ ਗੈਰਤ ਸਾਡੇ ਪੰਜਾਬੀਆਂ ਦੀ, ਕਿੱਥੇ ਗਈ ਸਾਡੇ ਅਣਖਿਆਂ ਦੀ? ਮੈਂ ਕਹਿੰਦਾ ਕਾਂਗਰਸ ਦਾ ਸਾਡੇ ਪੰਜਾਬ ਚ ਨਾਮੋ ਨਿਸ਼ਾਨ ਵੀ ਨਹੀਂ ਹੋਣਾ ਚਾਹੀਦਾ ਸੀਗਾ। ਇੱਥੇ 3-4 ਸਰਕਾਰਾਂ ਬਣਾਤੀਆਂ, ਸ੍ਰੀ ਅੰਮ੍ਰਿਤਸਰ ਤੋਂ ਹੀ ਕਾਂਗਰਸ ਦੇ ਜਿੱਤਦੇ ਰਹੇ ਨੇ। ਫਿਰ ਭਾਜੀ ਕਿਹੜੀ ਅਣਖ ਦੀ, ਕਿਹੜੇ ਅਸੀਂ ਇਨਸਾਫ਼ ਦੀ ਗੱਲ ਕਰਦੇ? ਕਹਿੰਦੇ ਪੰਜਾਬੀ ਭੁੱਲਦੇ ਨਹੀਂ ਹੈਗੇ ਜੀ, ਅਸੀਂ ਤਾਂ ਸ਼ਰਮ ਭੁੱਲ ਗਏ। ਤੇ ਘੱਟੋ ਘੱਟ BJP ਤੇ ਇਹ ਜਿਹਾ ਕੋਈ ਧੱਬਾ ਤਾਂ ਨਹੀਂ ਹੈਗਾ ਵੀ ਜਿੱਥੋਂ ਆਪਾਂ ਇਹ ਕਹਿ ਸਕਦਾ ਵੀ ਇਹ ਸਿੱਖ ਵਿਰੋਧੀ। ਮੈਂ ਕਹਿੰਦਾ ਜੀ 2027 ਚ ਇਲੈਕਸ਼ਨ ਹੋਣੇ ਨੇ, ਤੁਸੀਂ 2 ਟਾਈਮ BJP ਨੂੰ ਪੰਜਾਬ ਦੇ ਲੋਕ ਦੇਣ, ਤੇ ਉੱਥੇ ਸੈਂਟਰ ਦੇ ਵਿੱਚ ਜੇ BJP ਦੀ ਸਰਕਾਰ ਆਈ ਜਾਣੀ ਆ ਤੇ ਹੋ ਗਈ, ਤੇ ਫਿਰ ਤਾਲਮੇਲ ਕਰਕੇ ਚੱਲ ਕੇ ਦੇਖੋ 2 ਸਾਲ, ਕਿਉਂਕਿ ਉੱਧਰ ਟਾਈਮ ਪੀਰੀਅਡ ਦੇ ਅਕੋਰਡਿੰਗ, ਠੀਕ ਹੈ ਜੀ, ਇੱਥੇ 5 ਸਾਲ ਹੋਣੇ ਤੇ ਉੱਧਰ 2 ਸਾਲ ਫਿਰ ਇਲੈਕਸ਼ਨ ਹੋਣੇ ਨੇ। ਸੋ ਰੀਜ਼ਨ ਇਜ਼ ਦੈਟ ਵੀ ਕੋਈ ਤਾਲਮੇਲ, ਅਗਰ BJP ਪੰਜਾਬ ਦੇ ਲਈ ਕੁਛ ਨਹੀਂ ਕਰਦੀ ਤਾਂ ਬਦਲ ਦਿਓ, ਮੌਕਾ ਦੇਣਾ ਚਾਹੀਦਾ। ਜਿਹੜਾ ਮੈਂ ਟੈਗ ਇਹ ਕਰਦਾ, ਜਿਹੜਾ ਟੈਗ ਸਾਡੇ ਤੇ ਲੱਗਿਆ ਨਾ BJP ਤੇ ਵੀ ਇਹ ਜੀ ਕਿਸਾਨ ਵਿਰੋਧੀ ਆ, ਇਹ ਮੰਗਾਂ ਨੇ, ਇਹ ਪ੍ਰਵਾਨ ਵੀ ਹੋਣਗੀਆਂ, ਇਹ ਸਿਰੇ ਵੀ ਚੜਨਗੀਆਂ, ਇਹ ਸਾਰਾ ਕੁਛ ਹੀ ਹੁੰਦਾ ਰਹਿੰਦਾ ਹੈਗਾ, ਇਹ ਚੱਲਦਾ। ਮਤਲਬ ਉਹਨੂੰ ਏਦਾਂ BJP ਨੂੰ ਪੰਜਾਬ 'ਚ ਪੇਸ਼ ਕੀਤਾ ਜਾਂਦਾ ਵੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਪੰਜਾਬ ਦੀ ਇਹੀ ਹੈ ਨਾ ਜੀ, ਐਵੇਂ ਕਿਉਂ? ਕੁਛ ਲੀਡਰ ਕਰਦੇ ਨੇ, ਲੇਕਿਨ ਲੋਕ ਬੜੇ ਅਵੇਅਰ ਹੋ ਗਏ ਤੁਹਾਡੇ ਸਾਹਮਣੇ। ਹੁਣ BJP ਦਾ ਗ੍ਰਾਫ ਜਿਹੜਾ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਤੁਹਾਡੇ ਸਾਹਮਣੇ, ਪ੍ਰੈਜ਼ੈਂਟ MLA, ਸਿਟਿੰਗ MLA, ਪੁਰਾਣੇ MLA, ਨਵੇਂ MLA, ਨਵੇਂ MP, ਪੁਰਾਣੇ MP BJP ਨੂੰ ਜੁਆਇਨ ਕਰ ਰਹੇ ਨੇ, ਕਿਉਂਕਿ everybody knows, ਸਾਰੇ ਜਾਣ ਚੁੱਕੇ ਨੇ ਕਿ ਆਉਣ ਵਾਲਾ ਟਾਈਮ ਹੈ ਜਿਹੜਾ ਇਹ BJP ਸਰਕਾਰ ਹੀ ਪੰਜਾਬ ਦੇ। ਔਰ ਮੈਂ ਪੰਜਾਬ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਅਗਰ ਪੰਜਾਬ ਦੀ ਅਸੀਂ ਡਿਵੈਲਪਮੈਂਟ ਚਾਹੁੰਦੇ ਹਾਂ, ਜੇ ਡਿਵੈਲਪਮੈਂਟ ਚਾਹੁੰਦੇ ਹਾਂ ਤਾਂ ਡਿਵੈਲਪਮੈਂਟ ਇੱਕੋ ਤਰੀਕੇ ਨਾਲ ਹੋ ਸਕਦੀ ਆ ਜਿਵੇਂ ਪਹਿਲਾਂ BJP ਤੇ ਅਕਾਲੀਆਂ ਦਾ ਲਾਈਨ ਸੀਗਾ। ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ, ਪੰਜਾਬ ਦੇ ਵਿੱਚ ਗਡਕਰੀ ਸਾਹਿਬ ਨੇ, ਮੈਂ ਸੜਕਾਂ ਦੇ ਜਾਲ ਦੀ ਗੱਲ ਕਰਦਾ, ਗ੍ਰਾਫ ਕਿੱਥੇ ਗਿਆ? 4 ਲਾਈਨ, 6 ਲਾਈਨ, ਫਲਾਈਓਵਰ ਕਿੱਥੋਂ ਤੱਕ ਨਹੀਂ ਪੈਸੇ ਭੇਜੇ, ਹਜ਼ਾਰਾਂ ਕਰੋੜਾਂ ਰੁਪਈਆ ਲੱਗਿਆ। ਉਹਦਾ ਇੱਕੋ ਇੱਕ ਸੀ ਨਾ ਵੀ ਸੈਂਟਰ ਦੇ ਵਿੱਚ ਉਹ ਬੈਠੇ ਨੇ। ਸੋ ਮੈਂ ਕਹਿੰਦਾ ਵੀ ਦੇਖੋ ਆਪਾਂ ਵਿਕਾਸ ਵੱਲ ਨੂੰ ਜਾਈਏ, ਛੱਡ ਦਈਏ ਹੁਣ ਇਹ ਗੱਲਾਂ ਵੀ ਉਹ ਇਹ ਕੁਛ ਲੀਡਰ ਨੇ ਜਿਹੜੇ ਗਰਮ ਦਲੀ ਗੱਲਾਂ ਕਰਕੇ ਜੋ ਫਲਾਨਾ ਟਮਕਾਣਾ ਕੀ ਕੀਤਾ ਯਾਰ BJP ਨੇ, ਲਿਆਓ ਦੱਸੋ।
ਹੁਣ ਬੰਦੀ ਸਿੰਘਾਂ ਦੀ ਮੈਂ ਹੀ ਗੱਲ ਕਰ ਲੈਣਾ, ਬੰਦੀ ਸਿੰਘਾਂ ਦੀ ਭਾਜੀ ਉਹ ਕੋਰਟ ਦਾ ਇੱਕ ਪ੍ਰੋਸੀਜਰ ਆ, ਕੋਰਟ ਦੇ ਵਿੱਚ ਉਹ ਜਾਣਾ ਪੈਂਦਾ। ਇੰਦਰਾ ਗਾਂਧੀ ਜੀ ਨੂੰ ਅਟੈਕ ਕੀਤਾ ਸੀਗਾ, ਸੋਰੀ ਰਾਜੀਵ ਗਾਂਧੀ ਜੀ ਦੇ, ਉਹਦੇ ਘਰਦਿਆਂ ਨੇ ਲਿਖ ਕੇ ਦਿੱਤਾ ਕੋਰਟ ਦੇ ਵਿੱਚ, ਮਤਲਬ ਇਹ ਚੀਜ਼ਾਂ ਨੂੰ ਨਾ ਮਤਲਬ ਆਪਾਂ ਡਿਪਲੋਮੈਟਿਕ ਢੰਗ ਨਾਲ ਸਾਨੂੰ ਸਮਝਣਾ ਪੈਣਾ ਕਿ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਮਿਲ ਰਹੀ ਤੇ ਉਹਦੇ ਕਾਰਨ ਕੀ ਨੇ। ਲੇਕਿਨ ਕੁਛ ਲੀਡਰ ਅੱਗੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਜੇ ਉਹ ਜੀ ਫਲਾਨਾ ਨਹੀਂ ਹੋਣ ਦਿੰਦਾ ਜੀ ਰਿਹਾਈ, ਇਹ ਫਲਾਨਾ ਨਹੀਂ, ਬਿਲਕੁਲ ਹੋਣੀ ਚਾਹੀਦੀ ਆ, ਸਜ਼ਾ ਭੁਗ ਚੁੱਕੇ ਨੇ, ਬਾਹਰ ਆਉਣੇ ਚਾਹੀਦੇ ਨੇ, ਇਸ ਚੀਜ਼ ਦੇ ਹਾਮੀ ਭਰਦੇ ਆ। ਲਾਸਟ ਸਵਾਲ ਹੈ, ਬਾਹਰ ਤੋਂ ਬਹੁਤ ਕਾਂਗਰਸ ਦੇ ਲੋਕਾਂ ਨੂੰ ਸ਼ਾਮਿਲ ਕਰ ਰਹੇ ਹੋ, MP ਰਵਨੀਤ ਬਿੱਟੂ ਕਰ ਲਏ, ਪਹਿਲਾਂ ਸੁਨੀਲ ਜਾਖੜ ਆ ਗਏ, ਕੀ ਲੱਗਦਾ ਬਾਹਰ ਤੋਂ ਲੋਕਾਂ ਨੂੰ ਕੀ BJP ਕੋਲ ਜਿਹੜੇ ਲੋਕ ਵਰਕਰ ਕੰਮ ਕਰ ਰਹੇ ਸੀ ਤਾਂ ਉਹਨਾਂ ਲੋਕਾਂ ਦੀ ਵੀ ਤਾਂ ਟਰਨ ਆਉਣੀ ਚਾਹੀਦੀ ਆ। ਸਭ ਤੋਂ ਵਧੀਆ ਸਵਾਲ ਕੀਤਾ ਜੀ। BJP ਆਪਣੇ ਵਰਕਰ ਨੂੰ ਕਦੇ ਵੀ ਇਗਨੋਰ ਨਹੀਂ ਕਰਦੀ, ਟਾਈਮ ਟੂ ਟਾਈਮ। ਫਾਰ ਐਗਜ਼ਾਮਪਲ ਹਰਿਆਣਾ ਦੇ ਵਿੱਚ ਤੁਸੀਂ CM ਸਾਹਿਬ ਖੱਟਰ ਸਾਹਿਬ ਗਏ ਨੇ ਤੇ ਉਹਨਾਂ ਦੇ ਨੈਬ ਸਿੰਘ ਸੈਣੀ ਜੀ ਆਏ ਨੇ, ਉਹ ਇੱਕ ਵਰਕਰ ਦੇ ਤੌਰ ਤੇ ਉੱਥੇ ਹਰਿਆਣਾ ਦੇ ਪ੍ਰਧਾਨ ਦੇ ਤੌਰ ਤੇ ਵਰਕ ਕਰ ਰਹੇ ਸੀ। ਉਹਨਾਂ ਨੂੰ ਰਾਤ ਤੱਕ ਨਹੀਂ ਸੀ ਪਤਾ ਵੀ ਦੂਜੇ ਦਿਨ ਉਹਨਾਂ ਨੇ CM ਬਣ ਜਾਣਾ। ਇਹ ਨਹੀਂ ਕਿ ਤੁਸੀਂ ਕਹਿ ਸਕਦੇ, ਨਵੇਂ ਜਿਹੜੇ ਆ ਰਹੇ ਨੇ ਵੈਲਕਮ ਆ ਉਹਨਾਂ ਦਾ, ਉਹਨਾਂ ਦਾ ਆਪਣਾ ਇੱਕ ਕੱਦ ਹੈ। ਲੇਕਿਨ ਜੇ ਤੁਸੀਂ ਕਹੋ ਵੀ ਪੁਰਾਣੇ ਦੀ ਕੋਈ ਬੇਕਦਰੀ ਹੋਜੂਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਟਾਈਮ ਟੂ ਟਾਈਮ ਬੜੀਆਂ ਪੋਸਟਾਂ ਨੇ, ਬੜੇ ਅਹੁਦੇ ਨੇ, ਬੜਾ ਸਿਸਟਮ ਹੈ। ਜਦੋਂ ਪਾਵਰ ਦੇ ਵਿੱਚ ਆਵਾਂਗੇ, ਵਾਹਿਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ, ਸਭ ਕੁਝ ਠੀਕ ਹੋਊਗਾ, ਹਰ ਇੱਕ ਬੰਦੇ ਨੂੰ ਬਣਦਾ ਉਹਦਾ ਮਾਣ ਸਨਮਾਨ ਵੀ ਦਿੱਤਾ ਜਾਊਗਾ, ਬਕਾਇਦਾ BJP ਦਿੰਦੀ ਵੀ ਆਈ ਤੇ ਦਊਗੀ ਵੀ। ਸੋ ਕਹਿੰਦੇ ਬਿਲਕੁਲ ਵਿਰੋਧ ਕਰਨਾ ਬਣਦਾ ਹੈ ਮੋਦੀ ਤੇ BJP ਦਾ, ਪਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਕੰਮ ਮੋਦੀ ਤੇ ਖਾਸ ਤੌਰ ਤੇ BJP ਨੇ ਸੈਂਟਰ 'ਚ ਰਹਿੰਦਿਆਂ ਪੰਜਾਬ ਲਈ ਕੀਤੇ ਨੇ। ਇੱਕ ਮੈਂ ਤੁਹਾਡੀ ਗੱਲ ਕੱਟ ਰਿਹਾ, ਇੱਕ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਹੁਣ ਐਸੀ ਸਮਾਜ ਦੀ ਗੱਲ ਕਰ ਲਈਏ ਆਪਾਂ, ਐਸੀ ਸਮਾਜ ਦੀ ਤਾਂ ਇੰਨੀਆਂ ਸਕੀਮਾਂ ਨੇ ਜਿਹੜੀਆਂ ਕਿ ਗਵਰਨਮੈਂਟ ਆਫ ਇੰਡੀਆ ਨੇ ਸ਼ੁਰੂ ਕੀਤੀਆਂ ਨੇ, ਜਿਹੜੀਆਂ ਸਾਡੇ ਥੱਲੜੇ ਵਰਗ ਦੇ ਗਰੀਬ ਲੋਕਾਂ ਤੱਕ ਪਹੁੰਚਦੀਆਂ ਨਹੀਂ ਹੈਗੀਆਂ। ਹੁਣ ਸ਼੍ਰੀ ਨਰਿੰਦਰ ਮੋਦੀ ਜੀ ਨੇ ਅਯੋਧਿਆ ਦੇ ਵਿੱਚ ਜਿਹੜਾ ਉੱਥੇ ਏਅਰਪੋਰਟ ਹੈ ਉਹਦਾ ਨਾਮ ਮਹਾਰਾਜ ਵਾਲਮੀਕਿ ਜੀ ਦੇ ਨਾਮ ਤੇ ਰੱਖਿਆ। ਅੱਜ ਤੱਕ ਕਿਹੜੇ ਮਿਨਿਸਟਰ ਨੇ ਸੋਚਿਆ ਸੀਗਾ ਵੀ ਇਹਨਾਂ ਲੋਕਾਂ ਨੂੰ ਵੀ ਇਹਨਾਂ ਲੋਕਾਂ ਦਾ ਵੀ ਸੋਚਣਾ ਬਣਦਾ, ਜਦਕਿ ਵਾਲਮੀਕਿ ਤੀਰਥ ਬਣਾਤਾ ਜੀ। ਹਾਂਜੀ, ਬਾਦਲ ਸਾਹਿਬ ਨੇ ਵਾਲਮੀਕਿ ਤੀਰਥ ਬਣਾਇਆ ਅੰਮ੍ਰਿਤਸਰ, ਬਿਲਕੁਲ ਠੀਕ ਹੈ ਜੀ। ਅਸੀਂ ਕਦੋਂ ਡਿਨਾਈ ਕਰਦੇ ਤੇ ਕਿੰਨਾ ਦੇ ਟਰਨ ਚ ਬਣਾਇਆ ਵੀ ਦੇਖ ਲਓ ਨਾ। BJP ਤੇ ਅਕਾਲੀ ਦਲ ਦਾ ਅਲਾਇੰਸ ਸੀ, ਆਪਸ ਦੇ ਵਿੱਚ ਇਹਨਾਂ ਨੇ ਮੈਜੋਰਟੀ ਬੈਠ ਕੇ ਮੀਟਿੰਗ ਹੋਈ ਆ ਵੀ ਆਪਾਂ ਕੰਮ ਕਰਨਾ, ਇੱਥੇ ਪੈਸਾ ਲਾਉਣਾ, ਦੋਨਾਂ ਦੀ ਸਹਿਮਤੀ ਨਾਲ ਬਣਿਆ ਨਾ, ਚੰਗੀ ਗੱਲ ਆ, ਬਹੁਤ ਵਧੀਆ ਬਣਾਇਆ ਜੀ। ਮੈਂ ਕਹਿੰਦਾ ਜੋ ਸਮਾਜ ਲਈ ਅੱਜ ਵਾਲਮੀਕਿ ਮਹਾਰਾਜ ਦੇ ਇੰਟਰਨੈਸ਼ਨਲ ਏਅਰਪੋਰਟ ਹੈ ਉਹਦੇ ਨਾਮ ਤੇ ਉਹਨਾਂ ਨੇ ਅਨਾਊਂਸ ਕਰਤਾ, ਔਰ ਹੋਰ ਵੀ ਅਨੇਕਾਂ ਸਕੀਮਾਂ ਨੇ ਜਿਹੜੀਆਂ ਕਿ ਮੋਦੀ ਸਾਹਿਬ ਐਸੀ ਸਮਾਜ ਦੇ ਲਈ ਟਰਨ ਬਾਈ ਟਰਨ ਲੈ ਕੇ ਆ ਰਹੇ ਨੇ ਤੇ ਕਰਦੇ ਵੀ ਪਏ ਨੇ। ਫਾਰ ਐਗਜ਼ਾਮਪਲ ਸਾਡੇ, ਮੈਨੂੰ ਕਹਿਣਾ ਨਹੀਂ ਚਾਹੀਦਾ, ਹੁਣ ਸਾਡੇ ਰਾਸ਼ਟਰਪਤੀ ਜੀ, ਠੀਕ ਹੈ ਜੀ। ਸੋ ਕੋਈ ਐਸੀ ਗੱਲ ਨਹੀਂ ਹੈਗੀ, ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਨੇ ਤੇ ਮੈਂ ਸਾਰੇ ਸਮਾਜ ਨੂੰ ਵੀ ਬੇਨਤੀ ਕਰੂੰਗਾ ਵੀ ਸਭ ਨੂੰ ਵੇਖ ਲਿਆ, ਜਸਟ ਲਾਈਕ ਟਿਸ਼ੂ ਪੇਪਰ ਦੀ ਤਰ੍ਹਾਂ ਵਰਤਿਆ ਸਾਰਿਆਂ ਨੇ ਵੀ ਵਰਤਿਆ ਤੇ ਸਿੱਟਤਾ, ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਸਾਰੇ ਸਮਾਜ ਨੂੰ, ਔਰ BJP ਨੂੰ ਹੁਮ ਮਾ ਕੇ ਜਿਵੇਂ ਲੀਡਰ ਸਾਹਿਬਾਨਾਂ ਵੱਲੋਂ ਉਹ ਮਿਲਿਆ, ਸਾਰੇ ਵੋਟਰਾਂ ਨੂੰ ਵੀ ਬੇਨਤੀ ਹੈ ਕਿ ਇੱਕ ਵਾਰ BJP ਨੂੰ ਮੌਕਾ ਜ਼ਰੂਰ ਦਿਓ। ਬਿਲਕੁਲ, ਇੱਕ ਮੌਕਾ BJP ਲਈ ਮੰਗਿਆ ਜਾ ਰਿਹਾ, ਸਭ ਵਰਤ ਕੇ ਦੇਖ ਲਏ, ਕਹਿੰਦੇ ਇੱਕ ਵਾਰ ਸਾਨੂੰ ਮੌਕਾ ਦਿਓ। ਇਹ ਕਿਹੜਾ ਕੁੰਭ ਦਾ ਮੇਲਾ ਜੋ 12 ਸਾਲ ਬਾਅਦ ਆਉਣਾ ਹੈ। BJP ਅਗਰ ਸੈਂਟਰ ਤੇ ਸਟੇਟ ਚ ਹੁੰਦੀ ਹੈ ਤਾਂ ਡਬਲ ਇੰਜਨ ਦੀ ਸਰਕਾਰ ਡਬਲ ਵਿਕਾਸ ਕਰ ਸਕਦੀ ਹੈ। ਕੈਮਰਾਮੈਨ ਰੋਸ਼ਨ ਨਾ, ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।